ਸਵਾਗਤ ਹੈ ਜੀ ਪ੍ਰੋਗਰਾਮ ਜੀ ਜਨਾਬ ਦੇ ਵਿੱਚ। ਔਰ ਬੜਾ ਮਨ ਖੁਸ਼ ਹੁੰਦਾ ਜੀ ਜਦੋਂ ਤੁਸੀਂ ਕਾਲ ਕਰਕੇ ਵੀ ਪ੍ਰੇਜ਼ ਕਰਦੇ ਹੋ, ਇੰਨਾ ਹੌਸਲਾ ਅਫਜ਼ਾਈ ਕਰਦੇ ਹੋ, ਕਿਉਂਕਿ ਇੱਕ ਆਰਟਿਸਟ ਹੁੰਦਾ ਜੀ ਉਹਨੂੰ ਹੌਸਲਾ ਅਫਜ਼ਾਈ ਹੀ ਚਾਹੀਦੀ ਹੁੰਦੀ ਹੈ, ਨਹੀਂ ਤਾਂ ਪੇਮੈਂਟ ਤਾਂ ਟਾਈਮ ਨਾਲ ਹੀ ਮਿਲ ਜਾਂਦੀ ਹੈ। ਅਤੇ ਮੈਂ ਉਸ ਤੋਂ ਬਾਅਦ ਦੀ ਗੱਲ ਤੁਹਾਨੂੰ ਇੱਕ ਚੀਜ਼ ਦੱਸਾਂ, ਬੜੀ ਪੁਰਾਣੀ ਗੱਲ ਹੈ ਅਤੇ ਆਪਾਂ ਕਾਲ 'ਤੇ ਗੱਲ ਕਰਦੇ ਹਾਂ। ਹੈਲੋ, ਕਿਸ ਤੋਂ ਬਾਅਦ ਜੀ? ਹੈਂ, ਕਿਸ ਤੋਂ ਬਾਅਦ ਜੀ? ਜਿਸ ਤੋਂ ਬਾਅਦ ਤੂੰ ਆਇਆ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋਨੀ ਭਾਜੀ ਕਿੱਡਾ ਕੁ ਸ਼ੰਕਰ ਸਾਲ ਦਾ ਇਹਨਾਂ ਕੰਟਰੈਕਟ ਹੈ। ਤੁਹਾਨੂੰ ਯਾਦ ਕਰ ਰਹੇ ਸੀ, ਉਹ ਕਹਿੰਦੇ ਖਰਾਬ ਮੂੰਹ ਵਾਲਾ ਨੀ ਆਇਆ? ਆ ਗਿਆ ਜੀ, ਕਰ ਲੋ ਦਰਸ਼ਨ। ਛੱਲਾ ਚਾਂਦੀ ਦਾ ਸੁਣਾਈਏ ਕਿ ਸੋਨੇ ਦਾ? ਵੈਸੇ ਸਰ ਗੁੱਸਾ ਨਾ ਕਰੋ, ਤੁਹਾਡੀ ਸ਼ਕਲ ਵੀ ਏਦਾਂ ਜਿਵੇਂ ਕੱਲੇ ਨੂੰ ਰਚ ਪਿਆ ਹੁੰਦਾ। ਬੇਟਾ ਇੱਕ ਮਿੰਟ ਖਲੋ ਜਾ, ਭਾਈ ਗੱਲ ਸੁਣ, ਤੂੰ ਆਇਆ ਥਾਣੇ ਤੇ ਮੈਂ ਹਾਏ ਸਰ ਉਹਨੇ ਬੋਲੀ ਪਾਈ ਹੈ ਨਾ, ਕੱਲ ਪ੍ਰੋਗਰਾਮ ਸੀ ਲਗਾਤਾਰ ਚੱਲਦੇ ਪਏ ਨਾ, ਇਹਨੂੰ ਦੋ ਵਾਰੀ ਸਮਝਾ ਕੇ ਫਿਰ ਆਪਾਂ ਠੀਕ ਹੋਏ ਨਾ, ਗਲਾ ਖੁੱਲ ਜਾਣਾ। ਨਹੀਂ ਇਹਦੇ ਅੱਗੇ ਜਾਲੀ ਲੱਗ ਜੇ ਫਿਰ ਜ਼ਿਆਦਾ ਸਾਫ਼ ਹੋ ਜੂਗੀ ਜੀ। ਮਾਰ ਦੇਣਾ, ਜਾਲੀ ਤਾਂ ਖਰਾਬ ਹੋਈ ਇਸ ਟਾਈਮ। ਓਏ ਕਿਉਂ ਤਾਂ ਦਵਾਈ ਕਿਉਂ ਨਹੀਂ ਲੈਂਦੀ? ਦਵਾਈ ਲਈ ਸੀ ਸਰ। ਬੰਦ ਹੋਏ ਮੈਡੀਕਲ ਸਟੋਰ ਦਾ ਮੂੰਹ ਹੈ ਤੇਰਾ, ਸ਼ਟਰ ਖੋਲ ਦੇ ਫਿਰ। ਤੂੰ ਮਾਰ ਦੇਣਾ, ਤੁਸੀਂ ਆਪਣਾ ਬੰਦ ਰੱਖੋ। ਕੌਣ ਹੋ ਤੁਸੀਂ ਤੇ ਕੀ ਕਿਉਂ ਮਤਲਬ ਇੱਥੇ ਤਸ਼ਰੀਫ ਲਿਆਏ ਹੋ ਜਿਹੜੀ ਨਹੀਂ ਲੈਣੀ ਚਾਹੀਦੀ? ਮਿਲੋ, ਮੈਂ ਵਿਚਿੱਤਰ ਸੁਨਿਆਰਾ। ਵਿਚਿੱਤਰ ਸੁਨਿਆਰਾ ਜੀ? ਹਾਂਜੀ ਹਾਂਜੀ। ਕੀ ਹਾਲ ਚਾਲ ਹੈ ਜੀ ਤੁਹਾਡੇ? ਬਸ ਵਧੀਆ ਜੀ, ਵਧੀਆ, ਠੀਕ ਠਾਕ। ਨਹੀਂ ਇੱਥੇ ਖਰਾਬ ਕਰਾਉਣ ਆਏ ਹੋ ਫਿਰ? ਬਸ ਜੀ, ਸੋਨਾ ਜਮਾ ਕਰਾਉਣ ਆਇਆ ਜੀ, ਡਾਕੂ ਪੈ ਗਏ ਸੀ। ਸੋਨਾ ਜਮਾ ਕਰਾਉਣਾ ਤੇ ਸੋ ਜਾਓ ਅੰਦਰ, ਉੱਥੇ ਜਮਾ ਹੋ ਜਾਓ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਲੀ ਜੀ, ਸਾਰਿਆਂ ਨੂੰ, ਸਾਰੀ ਟੀਮ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਆਪਣਾ ਤੁਹਾਡੇ? ਮੈਂ ਕਿਹਾ ਜੀ ਕੀ ਹਾਲ ਚਾਲ ਨੇ ਜੀ? ਚੜ੍ਹਦੀ ਕਲਾ ਰਹਿਣੀ ਚਾਹੀਦੀ ਹੈ ਜੀ। ਦਸ ਪੁੱਤਰ ਕੌਣ ਬੋਲਦਾ? ਕੋਠੇ ਤੇ ਕੱਪ ਮਾਈਆ, ਹਾਂ ਬੜੇ ਸਾਰੇ ਕੱਪ ਗਿਣਾਏ ਸੀ ਜੀ ਇਹਨਾਂ ਨੇ। ਆਪਣੀ ਤੂੰ ਸ਼ਕਲ ਵੇਖ ਜਿੱਦਾਂ ਹੁੰਦਾ ਮਰਿਆ ਸੱਪ ਮਾਈਆ, ਮੈਨੂੰ ਵੀ ਆਈ ਸੀ ਤੂੰ ਗੰਦੇ ਪਾਣੀ ਵਿੱਚ ਟੱਪ ਮਾਈਆ। ਬਹੁਤੀ ਨਾ ਇੱਥੇ ਖਲੋ ਕੇ ਤਪ ਮਾਈਆ, ਕਿਤੇ ਪਰਮਾਤਮਾ ਦਾ ਨਾਂ ਜਪ ਮਾਈਆ। ਹੈਲੋ, ਕੱਲ ਮੈਂ ਫਿਰ ਕਿਤੇ ਕੰਮ ਪੈ ਗਿਆ ਸੀ ਮੈਨੂੰ। ਨਹੀਂ ਓਦਾਂ ਤਾਂ ਅਸੀਂ ਆਏ ਹੋਣੇ ਨਕਲੀ, ਜਿਹੜੇ ਆਨੇ ਹੁੰਦੇ ਆ ਨਕਲੀ ਆਏ ਸੀ ਨਕਲੀ। ਹਾਂਜੀ, ਤੁਹਾਡੇ ਗੱਲ ਦੇ ਚੱਕਰ ਦੇ ਵਿੱਚ ਹੁਣ ਇੱਕ ਕਿਤੇ ਬੰਦਾ ਜਾਵੇ ਵੀ ਨਾ।
ਸੈਲਰੀ ਓਵਰਟਾਈਮ ਚਲੋ ਸ਼ੁਕਰ ਹੈ ਮੈਂ ਕਹਿੰਦਾ ਖੁੱਲ ਕੇ ਹਸਾਇਓ ਨਾ ਇੱਕ ਖੁੱਲੇ ਉਹਦਾ ਗਾਰੰਟੀ ਗਾਰੰਟੀ ਹਸਾਉਂਦੇ ਤੁਸੀਂ ਅੱਛਾ 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 ਇੱਕ ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਕਹਿੰਦੀ ਬੜੇ ਮੂਡ ਜੇ ਜਾ ਕੇ ਕਹਿੰਦੀ ਹੁਣ ਤਾਂ ਮੈਨੂੰ ਨਾ ਦੂਰ ਤੁਹਾਡੇ ਭੁਲੇਖੇ ਪੈਂਦੇ ਰਹਿੰਦੇ ਆ ਅੱਛਾ ਉਹਨੇ ਕੋਈ ਜਵਾਬ ਨਾ ਦਿੱਤਾ ਉਹ ਫੇਰ ਕਹਿੰਦੀ ਕਹਿੰਦੀ ਮੈਨੂੰ ਤੇਰੇ ਦੂਰੋਂ ਦੂਰੋਂ ਭੁਲੇਖੇ ਪੈਂਦੇ ਰਹਿੰਦੇ ਆ ਉਹ ਕਹਿੰਦਾ ਕਹਿੰਦਾ ਤੈਨੂੰ ਲੱਗਦਾ ਤੇਰੀ ਦੂਰ ਦੀ ਨਿਗਾਹ ਖਰਾਬ ਹੋ ਗਈ ਹੈ ਇਹਨੂੰ ਕਲਵਾਲਾ ਬਸ ਜੀ ਸੋਨਾ ਜਮਾ ਕਰਾਉਣਾ ਅਸੀਂ ਹੀ ਪਿੱਛੇ ਜੇ ਡਾਕੂ ਪੈ ਗਏ ਸੀ ਵਾਹ 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 ਬੈਂਕ ਦੇ ਕੈਂਚੀ ਗੇਟ ਵਰਗਾ ਤੁਹਾਡਾ ਮੂੰਹ ਹੈ ਤੁਹਾਨੂੰ ਇਹ ਨਹੀਂ ਪਤਾ ਕੀ ਇਹ ਤਾਂ ਬੈਂਕ ਚ ਜਮਾ ਕਰਾਈ ਤਾਂ ਲੋਕਰਾਂ ਚ ਅਸੀਂ ਨਹੀਂ ਜਿੰਦਾ ਲਾ ਲਓ ਫਿਰ ਹੈ ਕੈਂਚੀ ਗੇਟ ਨੂੰ ਜਿੰਦਾ ਲਾ ਲਓ ਤੇ ਜਿੰਦਾ ਅਸੀਂ ਅੰਦਰ ਪਿੱਛੇ ਲੋਕ ਅਪ ਦੇ ਵਿੱਚ ਕਰਕੇ ਨਾ ਤੁਹਾਨੂੰ ਫੇਰ ਲਾਵਾਂਗੇ ਡਾਕੂ ਪੈ ਗਏ ਸੀ ਕੀ ਪੈ ਗਏ ਸੀ ਡਾਕੂ ਜਿੱਦਾਂ ਤੁਹਾਡੀ ਸ਼ਕਲ ਤੁਹਾਨੂੰ ਕੁੱਤੇ ਪੈਣ ਚ ਤੇ ਡਾਕੂ ਕਿੱਦਾਂ ਪੈ ਗਏ ਸੋਨਾ ਲੁੱਟਣ ਆ ਗਈ ਸੀ ਨਾ ਉਹਨਾਂ ਨੂੰ ਕਿੰਨੇ ਦੱਸਿਆ ਕਿ ਸੋਨੇ ਵਿੱਚ ਮੇਰੀ ਤਾਂ ਬੁੱਤੀ ਏਦਾਂ ਹੀ ਆ ਹਾਂ ਉਹ ਤਾਂ ਪਤਾ ਮੈਨੂੰ ਤੂੰ ਤਾਂ ਬਣਾ ਬਣਾ ਕੇ ਕਰਨ ਡਿਆ ਤੁਸੀਂ ਨਕਲਾਂ ਤਕੀ ਲਾਈਏ ਛਤਰ ਲਾ ਲਈਏ ਫਿਰ ਨਕਲਾਂ ਰਹਿੰਦੀ ਹੈ ਰਿਪੋਰਟ ਲਿਖੋ ਸੋਨਾ ਇਹਦੀ ਰਾਖੀ ਵਾਸਤੇ ਤੈਨੂੰ ਆਪ ਰਹਿਣਾ ਪੈਣਾ ਇੱਥੇ ਓਏ ਰਾਖੀ ਅਜੇ ਆਉਣੀ ਆ ਅੱਗੇ ਬੜਾ ਸ਼ੌਕ ਸੀਗਾ ਕਿ ਬਈ ਮੈਂ ਰਕਸ਼ਿਆਂ ਦੇ ਪਿੱਛੇ ਲਮਕੇ ਝੂਟੇ ਲੈਣੇ ਆਹੋ ਤੇ ਇਹਨੇ ਨਵਾਂ ਕੁੜਤਾ ਪਜਾਮਾ ਸਵਾਇਆ ਬਈ ਮੈਂ ਕਹਿੰਦਾ ਟਨਾ ਟਨ ਇਹਨੇ ਘਰਦਿਆਂ ਨੇ ਕੁੜਤਾ ਪਜਾਮਾ ਸਵਾ ਕੇ ਦਿੱਤਾ ਇਹਨੂੰ ਇਹ ਹਜੇ ਰੋਟੀ ਖਾ ਰਿਹਾ ਸੀ ਅੱਛਾ ਜੀ ਇਹਨੂੰ ਅਚਾਨਕ ਕਿਤੇ ਉਹ ਆਵਾਜ਼ ਆ ਗਈ ਕਿ ਹਾਂ ਵੀ ਰਕਸ਼ੇ ਵਾਲਾ ਜਾ ਰਿਹਾ ਕਿਤੇ ਰਕਸ਼ੇ ਵਾਲਾ ਜਾ ਰਿਹਾ ਉਹੀ ਇਲੈਕਸ਼ਨ ਵਾਲਾ ਵਾ 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 ਹਨਾ ਹਾਂ ਜੀ ਪੂਰਾ ਆਪਣਾ ਕਰ ਰਿਹਾ ਉਹ ਬੰਦਾ ਹਾਂ ਜੀ ਇਹ ਚਲਦੀ ਰੋਟੀ ਛੱਡ ਕੇ ਖਾਂਦਾ ਖਾਂਦਾ ਦੌੜਦਾ ਹੀ ਗਿਆ ਮਤਲਬ ਸੜਕ ਦੇ ਉੱਤੇ ਅੱਛਾ ਜੀ ਤੇ ਜਾ ਕੇ ਰਕਸ਼ੇ ਵਾਲੇ ਦੇ ਪਿੱਛੇ ਲਮਕ ਗਿਆ ਫਿਰ ਕੀ ਹੋਇਆ ਸਰ ਰਕਸ਼ੇ ਦੇ ਪਿੱਛੇ ਲਮਕ ਗਿਆ ਜਾ ਕੇ ਉਹ ਰਕਸ਼ੇ ਵਾਲਾ ਤੈਨੂੰ ਪਤਾ ਉਹ ਤਾਂ ਵਿਚਾਰਾ ਬਿਜ਼ੀ ਆ ਬੋਲਣ ਚ ਉਦੋਂ ਸਾਊਂਡ ਹੁੰਦਾ ਉਹਨੂੰ ਪਤਾ ਨਾ ਹਾਂ ਜੀ ਹਾਂ ਜੀ ਹੁਣ ਇਹ ਪ੍ਰਧਾਨ ਨੇ ਕੀ ਕੀਤਾ ਕਿ ਰਕਸ਼ੇ ਦੇ ਪਿੱਛੇ ਲਮਕ ਕੇ ਨਾ ਨਵਾਂ ਪਜਾਮਾ ਢਿੱਲਾ ਜਿਹਾ ਹਾਂ ਜੀ ਸਰ ਉਹ ਜਿਹੜੀ ਉਹ ਪੈਪ ਨਹੀਂ ਹੁੰਦੀ ਜਿੱਥੇ ਗਰਾਰੀ ਲੱਗੀ ਹੁੰਦੀ ਹੈ ਲੱਗੀ ਹੁੰਦੀ ਸਰ ਉਹਦੇ ਤੇ ਇਹਨੇ ਦੋਨੋਂ ਲੱਤਾਂ ਟਿਕਾ ਲਈਆਂ ਹਾਲਾਂਕਿ ਪਹੁੰਚਦੀ ਨਹੀਂ ਹੋਰ ਲੰਮੇ ਪੈਕ ਤਾਂ ਟਿਕਾ ਲਈਆਂ ਅੱਛਾ ਜੀ ਉਹ ਰਕਸ਼ਾ ਚਲਾਈ ਜਾਵੇ ਰਕਸ਼ੇ ਵਾਲੇ ਨੂੰ ਪਤਾ ਨਹੀਂ ਉਹਨੇ ਇਹ ਜ਼ਰੂਰ ਸੋਚਿਆ ਕਿ ਥੋੜਾ ਭਾਰਾ ਹੋ ਗਿਆ ਹਾਂ ਜੀ ਉਹ ਚਲਾਈ ਗਿਆ ਉਹ ਚਲਾਈ ਗਿਆ ਤੇ ਇਹਦੇ ਹੌਲੀ ਹੌਲੀ ਪੈਰ ਨੂੰ ਕਿਉਂਕਿ ਪੈਪ ਘੁੰਮ ਰਹੀ ਸੀ ਹਾਂ ਜੀ ਉਹ ਪੈਰ ਹੌਲੀ ਹੌਲੀ ਐ ਆਉਣ ਲੱਗੇ ਗਰਾਰੀ ਵੱਲ ਨੂੰ ਅੱਛਾ ਜੀ ਉਹ ਜਦੋਂ ਨੇੜੇ ਆ ਗਏ ਨਾ ਹਾਂ ਜੀ ਸਰ ਤੇ ਉਹ ਰਕਸ਼ੇ ਵਾਲਾ ਚਲਾਈ ਜਾਵੇ ਹਾਂ ਜੀ ਸਰ ਇਹ ਜਦੋਂ ਬਹੁਤੇ ਨੇੜੇ ਆ ਗਏ ਨਾ ਤੇ ਫੇਰ ਫਸਿਆ ਇਹਦੇ ਵਿੱਚ ਪਜਾਮਾ ਉਹ ਚਲਾਈ ਜਾਵੇ ਤਾਂ ਪਜਾਮਾ ਉਤਰੀ ਜਾਵੇ ਅੱਛਾ ਜੀ ਨਾ ਇਹਦਾ ਥੱਲੇ ਧਿਆਨ ਪਏ ਕਿਉਂਕਿ ਤੋਂ ਸਿਰ ਵੀ ਮਾਸ਼ਾ ਐਡਾ ਵੱਡਾ ਹੈ ਹਾਂ ਜੀ ਹਾਂ ਜੀ ਸਰ ਨਾ ਥੱਲੇ ਧਿਆਨ ਪਏ ਕਿ ਹੋਣ ਕੀ ਡਿਆ ਤੇ ਪਜਾਮਾ ਉਤਰ ਰਿਹਾ ਅੱਛਾ ਜੀ ਇੱਜ਼ਤ ਦੀਦੀ ਚਲਦੇ ਰਿਸ਼ੇ ਤੇ ਸੜਕ ਦੇ ਵਿੱਚ ਉਤਰ ਰਹੀ ਹੈ ਤੈਨੂੰ ਪਤਾ ਹੀ ਕੱਖ ਨਹੀਂ ਪਰੇ ਬਾਜ਼ਾਰ ਦੇ ਵਿੱਚ ਹੌਲੀ ਹੌਲੀ ਸਾਰਾ ਪਜਾਮਾ ਉਤਰ ਗਿਆ ਪਜਾਮਾ ਗਰਾਰੀ ਦੇ ਵਿੱਚ ਫਸ ਗਿਆ ਹਾਂ ਜੀ ਸਰ ਤੇ ਹੌਲੀ ਹੌਲੀ ਦਾ ਪੈਰ ਵੜ ਗਿਆ ਸਕਿਨ ਦੇ ਵਿੱਚ ਵੀ ਗਰਾਰੀ ਫਸ ਗਈ ਥੋੜੀ ਫੇਰ ਮਾਰੀਆਂ ਇਹਨੇ ਚੀਕਾਂ ਰਕਸ਼ੇ ਉਹ ਖਲੋ ਜਾ ਓਏ ਅੱਛਾ ਜਾਇ ਡਾਕਟਰ ਦੇਣ ਦੇ ਵਿੱਚ ਤੇ ਫੇਰ ਰਕਸ਼ੇ ਵਾਲਾ ਉਤਰਿਆ ਉਹਨੇ ਦੇਖਿਆ ਪਿੱਛੇ ਆ ਕੇ ਧਿਆ ਪਿਆ ਗਰਾਰੀ ਦੇ ਨਾਲ ਫਸਿਆ ਉਹਨੇ ਲਿਆ ਕੇ 3-4 ਮਾਰੀਆਂ ਦੇ ਕਹਿੰਦਾ ਇੱਥੇ ਕਿਹੜੇ ਪਿਓ ਵਾਲੀ ਗਰਾਰੀ ਕੱਢਣ ਆਇਆ ਸੀ ਓਏ ਦੱਸੀ ਇਹ ਗੱਲ ਕਿਉਂ ਨਹੀਂ ਅੱਜ ਤੋਂ ਪਹਿਲਾਂ ਦੱਸੀ ਤੂੰ ਆਪਣੀ ਬੇਇੱਜ਼ਤੀ ਕੌਣ ਕਰਾਉਂਦਾ ਸੀ ਮੈਂ ਕਰ ਮੈਨੂੰ ਦੱਸ ਦੇ ਅਗਰ ਮੈਂ ਤਾਂ ਕਰਨੀ ਹੁੰਦੀ ਵੈਸੇ ਨਾ ਇਹਦੇ ਤੇ ਫਿਲਮ ਬਣ ਸਕਦੀ ਜਿੱਡੀ ਤੁਸੀਂ ਸਟੋਰੀ ਦੱਸੀ ਹਾਂ ਬਿਲਕੁਲ ਬਣ ਸਕਦੀ ਹੈ ਸ਼ਾਰਟ ਫਿਲਮ ਬਣ ਸਕਦੀ ਹੈ ਇਹੋ ਜਿਹੀ ਮੈਂ ਤਾਂ ਕਹਿਣ ਲੱਗਾ ਸੀ ਮੇਰੇ ਡੱਬਾ ਰਖਾ ਕੇ ਫ੍ਰੀ ਟਾਈਮ ਸੁਣਾ ਦਿੰਦੇ
ਉਹਦਾ ਸਰ ਫ੍ਰੀ ਟਾਈਮ ਸੁਣਾ ਦੇ ਮੈਂ ਕਿ ਨਾਰਕਲੀ ਆ ਓਏ ਨਹੀਂ ਨਹੀਂ ਜੀ ਨਾਰਕਲ ਮੈਂ ਤੈਨੂੰ ਐਂਟਰਟੇਨ ਕਰਨ ਬੈਠਾ ਇੱਥੇ ਤੈਨੂੰ ਪਤਾ ਨਹੀਂ ਮੇਰੇ ਸੁਭਾਅ ਦਾ ਨਹੀਂ ਪਤਾ ਜੀ ਹੈ ਨਹੀਂ ਪਤਾ ਉਹਦਾ ਸਰ ਹੱਸਦੇ ਇਦਾਂ ਜਿੱਦਾਂ ਹਨਾ ਐਕਟਿਵ ਨਹੀਂ ਖਰਾਬ ਹੋ ਗਈ ਹੁੰਦੀ ਸਟਾਰਟ ਕਰ ਦਿੰਦੇ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਪੁਰਾਣੇ ਲਮਰੇਟਾ ਸਕੂਟਰ ਦੇ ਵਿੱਚ ਡਿੱਕੀ ਨਹੀਂ ਹੁੰਦੀ ਇੱਧਰ ਸਾਈਡ ਤੇ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਟੂਲ ਟੂਲ ਵਾਲਾ ਉਹ ਹੁੰਦਾ ਸੀ ਹੁੰਦਾ ਸੀ ਉਹਦੇ ਇੱਕ ਪਾਨਾ ਹੁੰਦਾ ਸੀ ਹੁੰਦਾ ਸੀ ਸੇਮ ਮੂੰਹ ਆ ਤੇਰਾ ਜਦ ਮੈਂ ਗੱਲ ਕਰ ਰਿਹਾ ਤੈਨੂੰ ਵਿੱਚ ਬੋਲਣ ਦੀ ਕੀ ਲੋੜ ਆ ਸਰ ਮੈਨੂੰ ਵੀ ਐਂ ਲੱਗਦਾ ਨਾ ਮੈਡਮ ਜੀ ਜਾਣਦਾ ਮੈਂ ਮੈਡਮ ਵਰਗੀਆਂ ਨੂੰ ਵੀ ਇਹੋ ਜਿਹੀਆਂ ਨਾ ਚੱਪੀ ਚੱਕ ਲੈਂਦੀ ਆ ਉਹਦੀਆਂ ਬੱਦਰਾਂ ਫੜ ਕੇ ਕਹਿੰਦੀਆਂ ਚੱਲ ਮੇਰੀ ਬੱਕੀ ਕੱਲ ਵਾਰੀ ਥਾਂ ਧਿਆਨ ਇਹ ਕੀ ਤੁਹਾਡੀ ਵਾਈਫ ਦਾ ਹਾਰ ਹੈ ਨਹੀਂ ਜੀ ਲੋਕਾਂ ਦਾ ਵੱਡੇ ਮੀਨ ਵਾਲ ਲੋਕਾਂ ਦਾ ਕਿਰਾਏ ਤੇ ਦੇ ਕੇ ਗਏ ਅੱਛਾ ਅੱਛਾ ਤੇ ਇਹਨੂੰ ਕੀ ਕਰ ਰਹੀ ਹੈ ਇਹੀ ਇਹ ਜਮਾ ਕਰ ਲੋ ਜੀ ਸਾਨੂੰ ਡਾਕੂ ਪੈ ਜਾਂਦੇ ਆ ਇੱਥੇ ਵੀ ਅੰਦਰ ਡਾਕੂ ਰਹਿੰਦੇ ਆ ਜੀ ਲੈ ਪੁੱਤਰ ਸਰ ਮੈਂ ਜਮਾ ਕਰ ਲੈਂਦੀ 15 ਨੰਬਰ ਤੇ ਪਟਾ ਤੇਜ਼ ਕਰ ਲਾ ਠੀਕ ਓਏ ਅੰਦਰ ਕਿੱਥੇ ਡਾਕੂ ਰਹਿੰਦੇ ਲੋਕਅਪ ਦੇ ਵਿੱਚ ਕੈਦੀ ਮਤਲਬ ਅੱਛਾ ਪੁੱਤਰ ਇਹ ਬਚ ਗਿਆ ਤੂੰ ਇਹ ਕਵਰ ਪਾ ਕੇ ਨਹੀਂ ਤੇ ਉਹੀ ਕਵਰ ਤੇਰੇ ਤੇ ਪਾ ਕੇ ਚਪੇੜਾ ਮਾਰਨੀ ਹੈ ਤੇਰੇ ਮੈਂ ਸਰ ਇਹ ਡਾਕੂ ਹੈ ਡਾਕੂ ਨੇ ਕ੍ਰਿਮੀਨਲ ਆ ਬਹੁਤ ਵੱਡਾ ਬਦਮਾਸ਼ ਆ ਬਹੁਤ ਵੱਡਾ ਅੱਛਾ ਅੱਛਾ ਇਹ ਤਾਂ ਕ੍ਰੀਮਾਂ ਦਾ ਕੰਮ ਆ ਫਿਰ ਹੈ ਕ੍ਰੀਮਾਂ ਓਏ ਮੈਨੂੰ ਵੀ ਦੇ ਦੇ ਇੱਕ ਅੱਧੀ ਕ੍ਰੀਮ ਅਸੀਂ ਵੀ ਗੋਰੇ ਹੋ ਜੀਏ ਤੂੰ ਕੀ ਪਰੋਠੇ ਤੇ ਲਾ ਖਾਣੀ ਐ ਲੱਗ ਜੂ ਕਿਉਂਕਿ ਲਾਣ ਨਾਲ ਤੇ ਤੇਰੇ ਫਰਕ ਨਹੀਂ ਪੈਣਾ ਤੇ ਖਾਣ ਨਾ ਪੈਣਾ ਹਾਂ ਤੈਨੂੰ ਤਾਂ ਖਾਣ ਨਾਲ ਹੀ ਪੈਣਾ ਤੂੰ ਸਵੇਰੇ ਸਵੇਰੇ ਉੱਠ ਕੇ ਸਾਬਣ ਖਾਇਆ ਕਰ ਨਹੀਂ ਫਰਕ ਪੈਂਦਾ ਸਿੱਕ ਗਿਆ ਹੈ ਨਾ ਜੀ ਮੈਂ ਵੀ ਤੇਰੇ ਵਰਗੇ ਬੰਦੇ ਨੂੰ ਘਰ ਕਾਰਡ ਆਇਆ ਹੋਵੇ ਨਾ ਇਹੋ ਜਿਹੇ ਬੰਦੇ ਨੂੰ ਘਰ ਕਾਰਡ ਆਇਆ ਹੋਵੇ ਵਿਆਹ ਦਾ ਤੇ ਜਿਸ ਦਿਨ ਵਿਆਹ ਹੁੰਦਾ ਸਵੇਰੇ ਉੱਠ ਕੇ ਨਹਾ ਧੋ ਕੇ ਚੰਗੀ ਟਾਈ ਸ਼ਾਈ ਲਾ ਕੇ ਕੋਟ ਪੈਂਟ ਪਾ ਕੇ ਸ਼ੂਜ਼ ਪਾ ਕੇ ਤਿਆਰ ਹੋ ਜਾਂਦੇ ਤੇ ਘਰ ਵਾਲੇ ਜਦੋਂ ਇਹਨੂੰ ਦੇਖਦੇ ਨੇ ਫਿਰ ਵੀ ਇਹਨੂੰ ਪੁੱਛਣ ਦੇ ਹੁੰਦੇ ਅੱਛਾ ਫਿਰ ਤੂੰ ਵਿਆਹ ਤੇ ਨਹੀਂ ਜਾਣਾ ਅਸੀਂ ਨਹੀਂ ਬਣ ਬੁਲਾਏ ਜਾਂਦੇ ਹੈ ਅਸੀਂ ਨਹੀਂ ਬਣ ਬੁਲਾਏ ਜਾਂਦੇ ਤੁਹਾਨੂੰ ਤਾਂ ਕਾਰਡ ਹੀ ਨਹੀਂ ਆਉਂਦੇ ਸਾਨੂੰ ਕਿਸੇ ਚੱਕਰ 'ਚ ਕਿ ਤੁਸੀਂ ਗਾਂਧੀ ਪਾਣਾ ਹੁੰਦਾ ਉੱਥੇ ਜਾ ਕੇ ਸਾਨੂੰ ਕਾਰਡ ਨਹੀਂ ਜੀ ਸਪੈਸ਼ਲ ਗੱਡੀ ਆਉਂਦੀ ਹੈ ਲਾਲ ਜਾਮਣ ਦੀ ਚਾਸ਼ਨੀ ਦੇ ਨਾਲ ਚੌਲ ਖਾਣ ਲੱਗ ਜਾਂਦੇ ਦੱਸੋ ਆਪਣੀ ਆਪਣੀ ਡਾਈਟ ਆਪਣੀ ਆਪਣੀ ਡਾਈਟ ਹੈ ਜੀ ਹਾਂ ਆਪਣੀ ਆਪਣੀ ਡਾਈਟ ਹੈ ਬਾਕੀ ਪੇਟ ਆਪਣਾ ਸੇਠ ਆਪਣਾ